ਲੋਕ ਸਭਾ ਹਲਕਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਸੂਬੇ ਵਿੱਚ ਜੜਾਂ ਮਜ਼ਬੂਤ ਕਰ ਚੁੱਕੇ ਡੇਰਾਵਾਦ ਖਿਲਾਫ ਆਵਾਜ਼ ਚੁੱਕੀ ਹੈ। ਡੇਰਾਵਾਦ ਖਾਸ ਕਰਕੇ ਡੇਰਾ ਰਾਧਾ ਸਵਾਮੀ ਬਿਆਸ ਵੱਲੋਂ ਕਈ ਕਿਸਾਨਾਂ ਦੀ ਧੱਕੇ ਨਾਲ ਹਥਿਆਈ ਗਈ ਜ਼ਮੀਨ ਦੀ ਜਾਂਚ ਕਰਵਾਉਣ ਦੇ ਬਾਰੇ ਕੁਝ ਮਹੀਨੇ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਸੀ। ਇਸ ਮੌਕੇ ਤੇ ਡਾਕਟਰ ਗਾਂਧੀ ਨੇ ਕਿਹਾ ਸੀ ਕਿ ਡੇਰੇ ਦੇ ਵੱਲੋਂ ਕਈ ਗਰੀਬ ਕਿਸਾਨਾਂ ਤੇ ਦਲਿਤਾਂ ਦੀਆਂ ਜ਼ਮੀਨਾਂ ਜਾਂ ਤਾਂ ਧੱਕੇ ਨਾਲ ਹਥਿਆ ਲਈਆਂ ਗਈਆਂ ਨੇ ਜਾਂ ਫਿਰ ਕਈਆਂ ਥਾਵਾਂ ਤੇ ਕੋਸ਼ਿਸ਼ ਜਾਰੀ ਹੈ ਜਿਸ ਨੂੰ ਨੱਥ ਪਾਈ ਜਾਵੇ। ਡਾਕਟਰ ਗਾਂਧੀ ਨੇ ਕਿਹਾ ਸੀ ਕਿ ਰਾਧਾ ਸਵਾਮੀਆਂ ਦੇ ਨਾਲ ਵੀ ਉਸੇ ਸਖਤੀ ਦੇ ਨਾਲ ਨਜਿੱਠਿਆ ਜਾਵੇ ਜਿਸ ਤਰ੍ਹਾਂ ਆਸਾਰਾਮ ਰਾਮਪਾਲ ਅਤੇ ਸੌਦਾ ਸਾਹ ਦੇ ਨਾਲ ਪੇਸ਼ ਆਇਆ ਗਿਆ ਸੀ। ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਤੋਂ ਬਾਅਦ ਰਾਧਾ ਸਵਾਮੀਆਂ ਵੱਲੋਂ ਡਾਕਟਰ ਧਰਮਵੀਰ ਗਾਂਧੀ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਪਰ ਡਾਕਟਰ ਗਾਂਧੀ ਨੇ ਕਿਹਾ ਕਿ ਧਰਮ ਦੇ ਨਾਂ ਤੇ ਕਿਸੇ ਵੀ ਸਾਧ ਲਾਣੇ ਨੂੰ ਦੇਸ਼ ਦੀ ਜਨਤਾ ਦਾ ਸ਼ੋਸ਼ਣ ਨਹੀਂ ਕਰਨ ਦਿੱਤਾ ਜਾਵੇਗਾ। ਉਧਰ ਇੱਕ ਪਾਸੇ ਤਾਂ ਰਾਧਾ ਸਵਾਮੀਆਂ ਦੇ ਆਪੇ ਬਣੇ ਦੇਹਧਾਰੀ ਗੁਰੂ ਗੁਰਿੰਦਰ ਸਿੰਘ ਢਿੱਲੋਂ ਲੋਕਾਂ ਨੂੰ ਕਹਿੰਦਾ ਫਿਰਦਾ ਹੈ ਕਿ ਰੱਬ ਨੂੰ ਪਾਉਣ ਦੇ ਲਈ ਜੰਗਲਾਂ ਖੇਤਾਂ ਤੇ ਪਹਾੜਾਂ ਤੇ ਭਟਕਣ ਦੀ ਲੋੜ ਨਹੀਂ ਹੈ। ਰੱਬ ਦਾ ਦੀਦਾਰ ਤਾਂ ਇਨਸਾਨ ਆਪਣੇ ਸਰੀਰ ਦੇ ਅੰਦਰ ਹੀ ਕਰ ਸਕਦਾ ਹੈ ਜੇਕਰ ਇਨਸਾਨ ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡ ਦੇਵੇ ਤੇ ਉਸ ਦੀ ਸ਼ਰਨ ਵਿੱਚ ਆ ਜਾਵੇ। ਦੂਜੇ ਪਾਸੇ ਇਹੀ ਰਾਧਾ ਸਵਾਮੀਆਂ ਦਾ ਡੇਰੇਦਾਰ ਜਾਂ ਤਾਂ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਖੱਡੇ ਪੁੱਟ ਦਿੰਦਾ ਜਾਂ ਫਿਰ ਉਹਨਾਂ ਦੀ ਫਸਲ ਵੀ ਖਰਾਬ ਕਰ ਦਿੰਦਾ ਤਾਂ ਜੋ ਕਿਸਾਨ ਵਿਚਾਰਾ ਆਪੇ ਹੀ ਇਹਨਾਂ ਨੂੰ ਕੌਡੀਆਂ ਦੇ ਪਾਸ ਜ਼ਮੀਨ ਵੇਚ ਦੇਵੇ। ਇਸ ਤੋਂ ਇਲਾਵਾ ਦੇਹਧਾਰੀ ਰਾਧਾ ਸਵਾਮੀ ਢਿੱਲੋਂ ਇੱਕ ਪਾਸੇ ਤਾਂ ਲੋਕਾਂ ਨੂੰ ਮੋਹ ਮਾਇਆ ਤਿਆਗਣ ਦੇ ਪ੍ਰਵਚਨ ਦਿੰਦਾ ਫਿਰਦਾ ਹੈ ਤਾਂ ਦੂਜੇ ਪਾਸੇ ਲੋਕਾਂ ਦੀ ਤਿਆਗੀ ਹੋਈ ਮੋਹ ਮਾਇਆ ਆਪ ਹੜੱਪੀ ਜਾਂਦਾ ਹੈ। ਲੋਕਾਂ ਦੇ ਪੈਸੇ ਨਾਲ ਬਾਬਾ ਖੁਦ ਤਾਂ ਜੈਟ ਜਹਾਜ਼ ਵਿੱਚ ਸਫ਼ਰ ਕਰਦਾ ਹੈ ਤਾਂ ਲੋਕ ਵਿਚਾਰੇ ਦੋ ਵਕਤੀ ਰੋਜ਼ੀ ਰੋਟੀ ਲਈ ਵੀ ਤਰਸਦੇ ਫਿਰ ਰਹੇ ਨੇ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਸਿਆਸਤਦਾਨਾਂ ਨੇ ਸਿਰਸੇ ਵਾਲੇ ਸਾਧ ਨੂੰ ਪੈਰਾਸਿਰ ਕੀਤਾ ਸੀ ਉਵੇਂ ਰਾਧਾ ਸਵਾਮੀਆਂ ਦੇ ਮੁਖੀ ਨੂੰ ਵੀ ਵੱਡੇ ਵੱਡੇ ਲੀਡਰ ਮਿਲਦੇ ਨੇ ਡੇਰਾ ਬਿਆਸ ਆਉਂਦੇ ਰਹਿੰਦੇ ਨੇ। ਇਹ ਇੱਕ ਬਹੁਤ ਵੱਡਾ ਨੈਕਸਸ ਹੈ ਇਹਨਾਂ ਤਮਾਮ ਡੇਰੇਦਾਰਾਂ ਅਤੇ ਸਿਆਸਤਦਾਨਾਂ ਵਿਚਾਲੇ ਨੋਟਾਂ ਬਦਲੇ ਵੋਟਾਂ ਦਾ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।